ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਸੋ ਸਟੂਡੈਂਟਸ ਨੂੰ ਅੱਜ ਦੀ ਵੀਡੀਓ ਖਾਸ ਕਰਕੇ ਕਿਉਂ ਵੇਖਣੀ ਅਤੇ ਸਮਝਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਕੁਝ ਡਾਟਾ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਕੁਝ ਐਨਾਲਿਟਿਕਸ ਦੀ ਗੱਲ ਕਰਾਂਗੇ ਕਿ ਅਗਰ ਆਪ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਦੇਖਦੇ ਆਂ ਪਿਛਲੇ ਕੁਝ ਸਮੇਂ ਵਿੱਚ ਔਰ ਬੀਤੇ ਸਮੇਂ ਦੇ ਵਿੱਚ ਔਰ ਹਾਲੀ ਦੀ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਚੇਂਜਸ ਸਟੱਡੀ ਵੀਜ਼ਾ ਨੂੰ ਸਟੱਡੀ ਵੀਜ਼ਾ ਦੇ ਵਿੱਚ ਅਸੀਂ ਦੇਖ ਪਾ ਰਹੇ ਆਂ ਤੇ ਇਸ ਦੇ ਨਾਲ ਸਟੂਡੈਂਟਸ ਨੂੰ ਅੱਗੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਿਆਂ ਹੋਏ ਸਮਝਦੇ ਹੋਇਆ ਅੱਗੇ ਵਧਣਾ ਚਾਹੀਦਾ ਹੈ ਆ ਸਾਪਾ ਜ਼ਰੂਰ ਕਰਨਾ ਹੈ ਜਿਹੜੇ ਸਟੂਡੈਂਟਸ ਹੁਣ ਪਲੱਸ 2 ਕਰ ਚੁੱਕੇ ਨੇ ਰਿਜ਼ਲਟ ਆ ਚੁੱਕਾ ਹੈ ਤਿਆਰੀ ਕਰ ਰਹੇ ਨੇ ਕਿਹੜੀਆਂ ਗਲਤੀਆਂ ਨਾ ਕਰਨਾ ਜੇਕਰ ਤੁਸੀਂ ਸਮੂਥਲੀ ਪੂਰਾ ਪ੍ਰੋਸੈਸ ਕੰਪਲੀਟ ਕਰਕੇ ਆਪਣਾ ਆਸਟ੍ਰੇਲੀਆ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਫ੍ਰੀਕਲ ਸ਼ਸ਼੍ਰੀਕਾ ਸੋ ਨੈਵੀਗੇਟਰਜ਼ ਓਵਰਸੀਜ਼ اور ਵੀਨਾ मैम ਜਿ ਜੋ ਕਿ ਤਕਰੀਬਨ 2 ਸਟੂਡੈਂਟ ਦੇ ਸਟੱਡੀ ਵੀਜ਼ਾ ਵਿੱਚ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਸਹੀ ਆਪਸ਼ਨਸ ਜੋ ਹੈ ਜ਼ਰੂਰ ਦੱਸਦੇ ਨੇ ਸੋ ਮੈਮ ਤੁਹਾਡੀ ਟੀਮ ਦਾ ਰਿਸਰਚ ਵਰਕ ਹਮੇਸ਼ਾ ਬਹੁਤ ਵਧੀਆ ਰਹਿੰਦਾ ਹੈ ਤੁਸੀਂ ਖੁਦ ਵੀ ਜੋ ਹੈ ਬਹੁਤ ਚੀਜ਼ਾਂ ਰਿਸਰਚ ਕਰਦੇ ਰਹਿੰਦੇ ਹੋ ਤਾਂ ਕਿ ਸਟੂਡੈਂਟਸ ਨੂੰ ਬੈਸਟ ਆਪਸ਼ਨ ਦੱਸੀ ਜਾ ਸਕੇ ਸੋ ਮੈਂ ਅੱਜ ਜਿੱਥੇ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਆਪਾਂ ਕੁਝ ਚੀਜ਼ਾਂ ਨੂੰ ਸਮਝਣ ਦੀ ਗੱਲ ਕਰੀਏ ਪਿਛਲੇ ਸਮੇਂ ਵਿੱਚ ਹੁਣ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾ ਚੜਾ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਵੇਖਦੇ ਹਾਂ ਔਰ ਆਉਣ ਵਾਲੇ ਸਮੇਂ ਦੀ ਸੰਭਾਵਨਾ ਦੀ ਜ਼ਿਕਰ ਗੱਲ ਕਰੀਏ ਤੁਸੀਂ ਐਜ਼ ਅ ਐਕਸਪਰ ਕਹਿਣਾ ਚਾਹੋਗੇ ਹਰਜੋਤ ਦੇਖੋ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਕਿ ਜਿਹੜਾ ਕਿੰਨਾ ਉਤਾਰ ਚੜਾਓ ਤੁਸੀਂ ਇਹ ਦੇਖੋ ਕੋਈ ਵੀ ਕੰਟਰੀ ਜਿਹੜੀ ਹੈ ਹਰ ਟਾਈਮ 100% ਵੀਜ਼ਾ ਨਹੀਂ ਦੇ ਸਕਦੇ ਉਹਨਾਂ ਦੇ ਆਪ ਦੇ ਵੀ ਕੁਝ ਰੈਸਟ੍ਰਿਕਸ਼ਨਸ ਹੁੰਦੀਆਂ ਦੇਖੋ ਕੋਵਿਡ ਦੇ ਟਾਈਮ ਉਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ ਲੇਕਿਨ ਜਿਹੜੇ ਕੰਟਰੀ ਨੇ ਆਪਣੇ ਦਰਵਾਜ਼ੇ ਨਹੀਂ ਓਪਨ ਕੀਤੇ ਮੀਨਸ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਸੀ ਕੋਵਿਡ ਦੇ ਵਿੱਚ ਟੋਟਲ ਰੈਸਟ੍ਰਿਕਸ਼ਨ ਸੀ ਔਰ ਵੀਜ਼ਾ 100% ਆ ਰਿਹਾ ਸੀਗਾ ਉਸ ਟਾਈਮ ਸਟੂਡੈਂਟ ਦੀ ਕੀ ਗਲਤੀ ਸੀ ਅਪਲਾਈ ਨਹੀਂ ਕਰ ਰਹੇ ਸੀ ਡਰ ਕੇ ਕਿ ਉਹ ਐਂਟਰੀ ਨਹੀਂ ਦੇ ਰਹੇ ਔਰ ਜਦ ਖੁੱਲਿਆ ਤੇ ਉਹਨਾਂ ਨੇ ਇਹ ਵੀ ਬੱਚੇ ਜਿਹੜੇ ਜਿਨ੍ਹਾਂ ਨੂੰ ਵੀਜ਼ਾ ਦਿੱਤਾ ਸੀਗਾ ਉਹਨਾਂ ਨੂੰ ਐਮਬੈਸੀ ਫੀਸਾ ਤੱਕ ਵਾਪਸ ਕੀਤੀਆਂ ਮੀਨਸ ਵੀਜ਼ਾ ਵੀ ਦਿੱਤਾ ਔਰ ਉੱਥੇ ਪਹੁੰਚਣ ਦੇ ਬਾਅਦ ਜਿਹੜੀ ਹੈ ਉਹਨਾਂ ਨੂੰ ਐਮਬੈਸੀ ਫੀਸਾ ਵੀ ਵਾਪਸ ਦਿੱਤੀ ਔਰ ਕੁਝ ਪੈਸਾ ਵੀ ਪੱਲੇੋਂ ਦਿੱਤਾ ਤੇ ਬਹੁਤ ਵਧੀਆ ਇਹਨਾਂ ਨੇ ਉਸ ਟਾਈਮ ਉਹ ਕੀਤਾ ਜਿਹੜਾ ਜਿੰਨੂੰ ਕਹਿਣਾ ਚਾਹੀਦਾ ਬੱਚਿਆਂ ਨੂੰ ਸੈਟਲਮੈਂਟ ਦਾ ਜੀ ਹੁਣ ਇਹ ਜਿਹੜਾ ਲਗਾਤਾਰ 3 ਸਾਲ ਤੋਂ ਵੀਜ਼ਾ 4 ਸਾਲ ਤੋਂ ਵੀਜ਼ਾ ਜਿਹੜੇ ਦੇ ਰਹੇ ਸੀ ਕੋਵਿਡ ਦੇ ਬਾਅਦ ਉਹ ਵੀ ਜਿਨ੍ਹਾਂ ਦੇ ਵੀਜ਼ੇ 2 ਸਾਲ ਚ ਲੱਗ ਗਏ ਸੀ ਜਦ ਰੁਕਿਆ ਹੋਇਆ ਸੀ ਬਾਰਡਰ ক্লোਜ਼ ਸੀ ਉਹ ਵੀ ਬੱਚੇ ਪਹੁੰਚੇ ਉਹਦੇ ਬਾਅਦ 2 ਸਾਲ ਲਗਾਤਾਰ ਹੋਰ ਵੀਜ਼ੇ ਕਾਫੀ 82 85% ਦਿੱਤੇ ਹੈ ਮੈਂ ਤੁਹਾਨੂੰ ਡਾਟਾ ਦੱਸ ਰਹੀਆਂ ਤੇ ਉਹਦੇ ਬਾਅਦ ਜਿਹੜਾ ਵੀਜ਼ਾ ਇੰਨਾ ਲੱਗ ਗਿਆ ਉੱਥੇ ਫਿਰ ਜਦ ਬੱਚਾ ਇੰਨਾ ਚਲਿਆ ਗਿਆ ਕਿ ਹਾਊਸਿੰਗ ਕ੍ਰਾਈਸਿਸ ਸਟਾਰਟ ਹੋ ਗਏ ਮੀਨਸ ਕਿ ਰੈਂਟ ਬਹੁਤ ਜ਼ਿਆਦਾ ਵਧ ਗਏ ਬੱਚਿਆਂ ਨੂੰ ਘਰ ਨਹੀਂ ਮਿਲ ਰਹੇ ਜਿਹੜੀ ਮੈਟਰੋ ਸਿਟੀਆਂ ਆ ਜਿਹੜੀ ਮੇਜਰ ਸਿਟੀਆਂ ਆ ਜਿੱਦਾਂ ਸਿਡਨੀ ਹੋ ਗਈ ਮੈਲਬਨ ਹੋ ਗਈ ਜੇ ਰੂਰਲ ਏਰੀਆ ਜਾਂ ਥੋੜਾ ਬੱਚਾ ਜਿੱਦਾਂ ਡਾਰਵਿਨ ਸਾਈਡ ਚਲਾ ਜਾਏ ਜਾਂ ਤਸਮਾਨੀ ਉਧਰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈਏ ਬਟ ਜਿਹੜੀ ਵੀ ਬਿਗ ਸਿਟੀਆਂ ਹੁੰਦੀਆਂ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ ਹੁਣ ਮੈਂ ਤੁਹਾਨੂੰ ਡਾਟਾ ਦੱਸਦੀਆਂ ਕਿ ਕਿੰਨਾ ਕਿੰਨੇ ਜਿਹੜਾ ਵੀਜ਼ਾ ਦਿੱਤਾ ਸੀਗਾ ਔਰ ਕਿੰਨਾ ਕਿੰਨੇ ਡਿਕਰੀਜ਼ ਕੀਤਾ ਤੁਸੀਂ ਦੇਖੋ ਇਹਨਾਂ ਨੇ ਜਿਹੜਾ 2023-24 ਦੇ ਵਿੱਚ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ 31 ਦਸੰਬਰ 2023 ਦੀ ਆਪਾਂ ਗੱਲ ਕਰ ਰਹੀਆਂ ਇਹ ਜਿਹੜਾ ਐਮਬੈਸੀ ਦਾ ਡਾਟਾ ਆਨਲਾਈਨ ਕੱਢਿਆ ਜਿਹਦੇ ਵਿੱਚ 1000 1 ਜੁਲਾਈ 2023 ਤੋਂ 31 ਦਸੰਬਰ 2023 ਤੱਕ ਦਾ ਡਾਟਾ ਹੈ 282302 ਸਟੂਡੈਂਟ ਵੀਜ਼ਾ ਅਪਲੀਕੇਸ਼ਨ ਲਾਸਟ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ 14% ਇਨਕਰੀਸ ਹੋਇਆ ਉਹਦੇ ਜਿਹੜਾ ਲਾਸਟ ইয়ার ਦੀ ਜਾਂ ਸੇਮ ਪੀਰੀਅਡ ਦੀ ਆਪਾਂ ਗੱਲ ਕਰੀਏ ਉਹ ਡਿਪਾਰਟਮੈਂਟ ਨੇ ਕਿੰਨਾ ਵੀਜ਼ਾ ਦਿੱਤਾ 195930 34 ਸਟੂਡੈਂਟ ਵੀਜ਼ਾ ਉਸੇ ਪੀਰੀਅਡ ਦਾ ਜਿਹੜਾ ਲਾਸਟ ਦਾ ਸੀ ਉਹਦੇ ਵਿੱਚ ਡਾਟਾ ਦੇਖੇ ਤਾਂ 31% ਡਿਕਰੀਸ ਹੋਇਆ ਜਿਹੜਾ ਕਿ 31 ਜੁਲਾਈ ਜਿਹੜਾ ਦਸੰਬਰ ਉਹਦਾ 31 ਦਸੰਬਰ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ ਇਹ ਜਿਹੜਾ ਡਾਟਾ ਲੇਟੈਸਟ ਹੈ ਤੇ ਹੁਣ ਤੁਸੀਂ ਦੇਖੋ ਕਿ ਜਦ ਉਹਨਾਂ ਨੇ ਕਿਉਂਕਿ ਇਹ ਲਾਸਟ ਇਅਰ ਤੋਂ ਹੀ ਪ੍ਰੋਬਲਮ ਚੱਲ ਰਹੀ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ ਤੇ 31% ਜ ਡਿਕਰੀਜ਼ ਹੋਇਆ ਆਈ ਡੋਨਟ ਥਿੰਕ ਕਿ ਬਹੁਤ ਜ਼ਿਆਦਾ ਡਿਕਰੀਜ਼ ਹੋਇਆ 31% ਇਹਨਾਂ ਨੇ ਵੀਜ਼ਾ ਕੱਟ ਦਿੱਤਾ ਰੀਜ਼ਨ ਬੀਇੰਗ ਕਿ ਉਹ ਪਹਿਲੇ ਬਹੁਤ ਜ਼ਿਆਦਾ ਵੀਜ਼ਾ ਦੇ ਚੁੱਕੇ ਸੀ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਾਜ਼ ਕਰਨਾ ਪਿਆ ਪਾਜ਼ ਕਰਨ ਦਾ ਰੀਜ਼ਨ ਇਹ ਹੁੰਦਾ ਕਿ ਉੱਥੇ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ ਇੱਧਰੋਂ ਬੱਚਾ ਘੱਟ ਭੇਜੀਏ ਔਰ ਉੱਧਰ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ ਸੈਟਲ ਹੋਣ ਦਾ ਇੱਧਰੋਂ ਬੱਚਾ ਘੱਟ ਜਾਏਗਾ ਤੇ ਨੈਚੁਰਲ ਹੈ ਕਿ ਉੱਧਰ ਜਿਹੜੀ ਹਾਊਸਿੰਗ ਦੀ ਪ੍ਰੋਬਲਮ ਹੈ ਜਾਂ ਜੋ ਵੀ ਜਿਸ ਵੀ ਚੀਜ਼ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀ ਹੈ ਵੈਸੇ ਜੋਬਸ 'ਚ ਕੋਈ ਕਮੀ ਨਹੀਂ ਆਈ ਹੈ ਤੇ ਹਰ ਤਰ੍ਹਾਂ ਤੋਂ ਇਹਨਾਂ ਦੇ ਸੈਟਲਮੈਂਟ ਠੀਕ ਹੋ ਜਾਏ ਨਾਲ ਬੱਚਿਆਂ ਨੂੰ ਇੱਕ ਮੈਸੇਜ ਆ ਰਿਹਾ ਹੈ ਕਿ ਤੁਸੀਂ ਜਿਹੜੇ ਟੂਰਿਸਟ ਵੀਜ਼ਾ ਚ ਟੂਰਿਸਟ ਵੀਜ਼ਾ ਤੇ ਜਾ ਕੇ ਫਿਰ ਕਨਵਰਟ ਕਰ ਰਹੇ ਸੀ ਜਾਂ ਸਪਾਊਸ ਵੀਜ਼ਾ 35 ਤੋਂ ਉੱਪਰ ਜਾ ਰਹੇ ਸੀਗੇ ਉਹਨਾਂ ਨੂੰ ਇੱਕ ਮੈਸੇਜ ਤਾਂ ਕਿ ਤੁਸੀਂ ਪੜਨ ਦੇ ਵਾਸਤੇ ਆਓ ਲੀਗਲ ਵੇ ਨਾਲ ਆਓ ਪ੍ਰੋਪਰ ਵੇ ਨਾਲ ਆਓ ਉਹਨੂੰ ਮਿਸਯੂਜ਼ ਨਾ ਕਰੋ ਹੋਂ ਜਿਹੜੇ ਸਟੂਡੈਂਟਸ ਆ ਜਿਹੜੇ ਇੰਟੈਲੀਜੈਂਟ ਸਟੂਡੈਂਟਸ ਆ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਆ ਜਦੋਂ ਕੱਲ ਏ ਵੀਜ਼ਾ ਆਇਆ ਉਹਨਾਂ ਦੇ ਮੈਂ ਟੋਟਲ ਕੈਲਕੂਲੇਟ ਕੀਤਾ ਮਾਮਾ ਨੇ ਸਪான்ਸਰ ਕੀਤਾ ਸੀ ਉਹਨਾਂ ਦੇ ਬਹੁਤ ਅੱਛੀ ਇਨਕਮ ਸੀ ਪੇਰੈਂਟਸ ਦੀ ਇਨਕਮ ਠੀਕ ਸੀਗੀ ਪੇਰੈਂਟਸ ਦੇ ਫੰਡ ਸੀਗੇ ਨਾਲ ਕੁਛ 25 23% ਮਾਮਾ ਦੇ ਲੱਗੇ ਸੀ ਬੱਚੇ ਦਾ ਇੰਟਰਵਿਊ ਵੀ ਹੋਇਆ ਐਂਡ ਬੱਚੇ ਦੇ ਇੰਟਰਵਿਊ ਦੀ ਤਿਆਰੀ ਸੀ ਵੀਜ਼ਾ ਉਹਦਾ ਲੱਗ ਗਿਆ ਜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੈ ਪਰਸੈਂਟੇਜ ਠੀਕ ਹੈ ਔਰ ਹਾਇਲ ਸੈਂਡ ਠੀਕ ਹੈ ਔਰ ਜਿਹੜਾ ਕੋਰਸ ਲੈ ਰਿਹਾ ਉਸ ਬੱਚੇ ਨੇ ਸਪਲਾਈ ਚੇਨ ਮੈਨੇਜਮੈਂਟ ਲਿਆ ਹੋ ਸਗਾ ਠੀਕ ਹੈ ਬੀ ਕਾਮ ਕੀਤੀ ਹੋਈ ਸੀਗੀ ਤੇ ਜੇ ਕੋਰਸ ਸ਼ਾਇਦ ਉਹਨੇ ਸਪਲਾਈ ਚੇਨ ਮੈਨੇਜਮੈਂਟ ਨਹੀਂ bizness analitically ਆਸ ਜੇ ਤੁਸੀਂ ਇਦਾਂ ਦੇ ਕੋਰਸ ਥੋੜਾ ਡਿਫਰੈਂਟ ਜਿਹਾ ਕੋਰਸ ਲੈਂਦੇ ਹੋ ਤਾਂ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਜੀ 8 ਯੂਨੀਵਰਸਿਟੀਆਂ ਚ ਵੀਜ਼ਾ ਬਹੁਤ ਅੱਛੇ ਆਏ ਆ ਲੈਵਲ 2 ਯੂਨੀਵਰਸਿਟੀਆਂ ਚ ਜੇ ਤੁਹਾਡੀ ਫੰਡਿੰਗ ਬਹੁਤ ਅੱਛੀ ਹੈ ਮਤਲਬ ਬਿਲਕੁਲ ਸਟਰੋਂਗ ਹੈ ਔਰ ਤੁਹਾਡਾ ਅਕੈਡੈਮਿਕ ਪਠੀਕ ਹੈ ਤੁਸੀਂ ਜ਼ਰੂਰ ਅਪਲਾਈ ਕਰੋ ਬਾਕੀ ਜੇ 80% ਦੇ ਰਹੇ ਆ 70% ਦੇ ਰਹੇ ਤਾਂ ਉਹ ਵੀ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ ਡਰਨ ਵਾਲੀ ਗੱਲ ਨਹੀਂ ਹੈ ਖਾਲੀ ਜਿਹੜੇ ਪਹਿਲੇ ਆਰਟਸ ਵਾਲੇ ਵੀ ਬੱਚੇ ਅਪਲਾਈ ਕਰਦੇ ਸੀ ਜਿਨ੍ਹਾਂ ਤੇ ਕੋਈ ਵੀ ਸਬਜੈਕਟ ਸੀਗੇ ਵੀਜ਼ਾ ਆ ਜਾਂਦਾ ਸੀਗਾ ਹੁਣ ਥੋੜਾ ਜਆ ਸਬਜੈਕਟ ਵਾਈਜ਼ ਠੀਕ ਹੋਣਾ ਚਾਹੀਦਾ ਆਇਲਸ 6 ਬੈਂਡ ਓਵਰਆਲ ਨਾਟ ਲੈਸ ਦਨ 5.5 ਜਾਂ 6 ਬੈਂਡ ਈਚ ਡਿਪੈਂਡ ਕਰਦਾ ਯੂਨੀਵਰਸਿਟੀ ਕੋਰਸਸ ਦੇ ਉਹ ਮੈਡੀਕਲ ਦੇ ਉਹ ਨਾਨ ਮੈਡੀਕਲ ਦੇ ਉਹ 8 ਤੇ ਬੱਚੇ ਤੇ ਅੱچھے ਸਬਜੈਕਟਸ ਹੋਣੇ ਚਾਹੀਦੇ ਜਿਹਦੇ ਵਿੱਚ ਪੇਂਟਿੰਗ ਆਰਟਸ ਆਹ ਸੌਰੀ 뮤జిక్ ਯਾ ਲੈਂਗੁਏਜ ਦੇ ਕੋਰਸ ਜਿਆਦਾ ਨਹੀਂ ਹੋਣੇ ਚਾਹੀਏ ਤੁਹਾਡਾ ਇੰਗਲਿਸ਼ ਹੈ ਇਕਨੋਮਿਕਸ ਹੈ ਹਿਸਟਰੀ ਹੈ ਮਤਲਬ ਕੁਛ ਐਦਾਂ ਦੇ ਸਬਜੈਕਟਸ ਕੰਬੀਨੇਸ਼ਨਸ ਅੱਛੇ ਹੋਣ ਫਿਰ ਵੀਜ਼ਾ ਚਾਂਸਸ ਬਹੁਤ ਅੱਛੇ ਹੈ ਹੁਣ ਜਿਹੜੀ ਇਨਕਮ ਹੈ 15 ਤੋਂ 16 ਲੱਖ ਮੀਨਿਮਮ ਅਸੀ ਕਹਿੰਨੇ ਆ ਔਰ ਇੰਡੀਅਨ ਗਵਰਨਮੈਂਟ ਨੇ ਵੀ 7 ਲੱਖ ਉੱਪਰ ਜਿਹੜੇ ਪੇਰੈਂਟਸ ਦੀ ਜਿਹੜੀ ਹੈ ਟੈਕਸ ਫ੍ਰੀ ਕਰਤੀ ਆ 14 ਲੱਖ ਤੇ ਤੁਸੀਂ ਉਹੀ ਇਨਕਮ ਹੁਣ ਬਣ ਜਾਂਦੀ ਹੈ ਬਟ ਅਸੀਂ ਜ਼ਰੂਰ ਇਹ ਤੁਹਾਨੂੰ ਸਜੈਸਟ ਕਰਾਂਗੇ ਜੇ ਤੁਹਾਡੀ ਜੌਬ ਅੱਛੀ ਆ ਕੋਈ ਰੈਂਟਲ ਇਨਕਮ ਆ ਰਹੀ ਹੈ ਕੁਝ ਵੀ ਤੁਸੀਂ ਡਿਕਲੇਅਰ ਕਰੋ ਤੇ ਤੁਹਾਡੀ ਜਿਹੜੀ ਉਹ ਪਲੱਸ ਹੋਏ ਐਂਬੈਸੀ ਨੂੰ ਵੀ ਦਿਖਾਈ ਦੇ ਕਿ ਤੁਸੀਂ ਟੈਕਸ ਪੇ ਕਰ ਰਹੇ ਹੋ ਤੇ ਪੇਰੈਂਟ ਜਿਹੜਾ ਪੜ੍ਹਾਉਣ ਦੀ ਕੈਪੈਸਿਟੀ ਦੇ ਵਿੱਚ ਹੈ ਤੇ ਜੇ ਇਦਾਂ ਦੇ ਤੁਹਾਡੇ ਥੋੜੇ ਛੋਟੇ ਛੋਟੇ ਚੀਜ਼ਾਂ ਦੇ ਤੁਸੀਂ ਧਿਆਨ ਰੱਖੋਗੇ ਫਿਰ ਵੀਜ਼ੇ 'ਚ ਕੋਈ ਪ੍ਰੋਬਲਮ ਨਹੀਂ ਕਿਸੇ ਵੀ ਤਰ੍ਹਾਂ ਦੀ ਲੇਕਿਨ ਮਾਹਿਰ ਜਿਹੜੀ ਸਲਾਹ ਮੇਰੀ ਇਹ ਹੈ ਜਿਹੜਾ 27 ਸਾਲਾਂ ਤੋਂ ਮੈਂ ਕੰਮ ਕਰ ਰਹੀ ਆ ਕਿ ਇਹ ਉਤਾਰ ਚੜਾ ਵੰਦੇ ਆ ਜਦ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ ਕੋਈ ਮਰਜ਼ੀ ਪ੍ਰੋਫਾਈਲ ਦਾ ਲਗਾ ਦਿੰਦੇ ਆ ਲੇਕਿਨ ਜੇ ਥੋੜਾ ਜਿਹਾ ਸਟ੍ਰਿਕਟਨੈਸ ਹੁੰਦੀ ਹੈ ਤੇ ਉਸ ਟਾਈਮ ਪ੍ਰੋਫਾਈਲ ਦੇਖ ਕੇ ਲਗਾਣੇ ਆ ਸਬਜੈਕਟ ਤੁਸੀਂ ਜਰੂਰ ਅੱਛੇ ਰੱਖੋ ਜਿਹਦੇ ਨਾਲ ਤੁਹਾਡਾ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਅੱਛੇ ਹੋਣ ਔਰ ਜਬ ਮਾਸਟਰਸ ਵਾਸਤੇ ਜਾ ਰਹੇ ਹੋ ਤੇ ਕੋਸ਼ਿਸ਼ ਕਰੋ ਆਈਟੀ ਦੇ ਸਬਜੈਕਟਸ ਹੋਣ ਇੰਜੀਨੀਅਰਿੰਗ ਦੇ ਹੋਣ ਕਿਉਂਕਿ ਇਹ ਹੈਲਥ ਸਾਇੰਸ ਦੇ ਰਿਲੇਟਿਡ ਹੋਣ ਇਹਨਾਂ ਦੇ ਵਿੱਚ ਵੀਜ਼ਾ ਚਾਂਸਸ ਬਹੁਤ ਹੀ ਅੱਛੇ ਵੀਜ਼ਾ ਚਾਂਸਸ ਹੈ ਉਹਨਾਂ ਦੇ ਜੀ ਜੀ ਬਿਲਕੁਲ ਸੋ ਦੇਖੋ ਸਟੂਡੈਂਟਸ ਨੂੰ ਇਹਨਾਂ ਗੱਲਾਂ ਦਾ ਧਿਆਨ ਤਾਂ ਰੱਖਣਾ ਹੀ ਪਏਗਾ ਜੇਕਰ ਤੁਸੀਂ ਸੀਰੀਅਸਲੀ ਫੋਕਸਡ ਹੋ ਆਪਣੀ ਪੜ੍ਹਾਈ ਨੂੰ ਲੈ ਕੇ ਆਪਣੇ ਫਿਊਚਰ ਨੂੰ ਲੈ ਕੇ ਔਸਟ੍ਰੇਲੀਆ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਨਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਔਰ ਮੈਮ ਤੋਂ ਵੀ ਅਗਰ ਤੁਸੀਂ ਗਾਈਡੈਂਸ ਲੈਣਾ ਚਾਹੁੰਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕੀ ਸੂਟੇਬਲ ਆਪਸ਼ਨਸ ਨੇ ਕਿਵੇਂ ਅਪਲਾਈ ਕਰਨਾ ਹੈ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੇ-ਕਿਹੜੇ ਡਾਕੂਮੈਂਟੇਸ਼ਨ ਜੋ ਹੈ ਰੈਡੀ ਰੱਖੋ ਫੰਡਸ ਨੂੰ ਲੈ ਕੇ ਦੇਖੋ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਦੋਂ ਆਪਾਂ ਔਸਟ੍ਰੇ ਜੋ ਜਿਹੜਾ ਨੰਬਰ ਡਿਸਪਲੇ ਹੈ ਇਸ ਨੂੰ ਤੁਸੀਂ ਨੋਟ ਕਰ ਲਓ ਇਸ ਉੱਪਰ ਜਾਏ ਹੁਣੇ ਕਾਲ ਕਰਕੇ ਤੁਸੀਂ ਨੈਵੀਗੇਟਰਸ ওভারਸੀਜ਼ ਦੀ ਟੀਮ ਦੇ ਨਾਲ ਕੰਟੈਕਟ ਕਰੋ ਟਾਈਮਲੀ ਸਹੀ ਇਨਫੋਰਮੇਸ਼ਨ ਲੈ ਕੇ ਅਪਲਾਈ ਕਰੋ ਤਾਂ ਕਿ ਜੁਲਾਈ ਇਨਟੇਕ ਵਿੱਚ ਅਪਲਾਈ ਤੁਸੀਂ ਕਰ ਸਕੋ ਔਰ ਟਾਈਮਲੀ ਪੂਰਾ ਪ੍ਰੋਸੈਸ ਕੰਪਲੀਟ ਕਰਦਿਆਂ ਹੋਇਆ ਤੁਸੀਂ ਆਪਣਾ ਵੀਜ਼ਾ ਵੀ ਹਾਸਲ ਕਰ ਸਕੋ ਬਹੁਤ ਬਹੁਤ ਥੈਂਕਸ ਮੈਂ ਮੇ ਕਾਫੀ ਖਾਸ ਪੁਆਇੰਟਸ ਨੇ ਸਟੂਡੈਂਟ ਨੂੰ ਇਹਨਾਂ ਦੇ ਬਾਰੇ ਪੂਰੀ ਇਨਫੋਰਮੇਸ਼ਨ ਹੋਣੀ ਵੀ ਚਾਹੀਦੀ ਹੈ ਜਿਹੜੇ ਤੁਸੀਂ ਸਟੂਡੈਂਟਸ ਨੂੰ ਸਮਝਾਏ ਨੇ ਤੇ ਉਮੀਦ ਕਰਦਿਆਂ ਸਟੂਡੈਂਟਸ ਵੀ ਇਹਨਾਂ ਵੀਡੀਓਜ਼ ਵਿੱਚ ਜਿਹੜੀ ਸੀ ਚੀਜ਼ਾਂ ਗੱਲਾਂ ਇਨਫ ਇਸ ਨੂੰ ਤੁਸੀਂ ਜ਼ਰੂਰ ਹਮੇਸ਼ਾ ਆਪਣੇ ਮਾਈਂਡ ਵਿੱਚ ਰੱਖੋ ਆਪਣੇ ਉਹਨਾਂ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰੋ ਜਿਹੜੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਤੇ ਅਸੀਂ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ